ਭੰਗੜਾ ਦਸਹਿਰੇ ਤੇ ਪਾਵੇਗਾ ਵਰਲਡ ਦੇ 3 ਰਿਚੈਸਟ ਮੈਨ ਬਿਲ ਗੇਟਸ ਇਲਨ ਮਸਕ ਜੈਫ ਬੇਜ਼ੋਸ ਕਿਵੇਂ ਬਣੇ ਭਲਾ ਇੱਕ ਆਈਡੀਆ ਕਰਕੇ ਤੇ ਆਈਡੀਆ ਸਾਡੇ ਕੋਲ ਵੀ ਹੈਗਾ ਆਉਣ ਵਾਲੇ ਵਰਲਡ ਦੇ 3 ਰਿਚੈਸਟ ਮੈਨ ਕੌਣ ਨੇ ਵੀ 3 ਕਮ ਔਨ ਬੇਬੀ ਤੋ ਤੁਹਾਰੇ ਸਭ ਆਈਡੀਆਜ਼ ਹੈ ਕੁਝ ਰੈਡੀ ਨਹੀਂ ਹੈ ਸਰ ਮੈਂ ਆਈਡੀਆ ਵਾਲਾ ਭਾਂਡਿਆਂ ਵਾਲਾ ਥੋੜੀਆਂ ਸਰ ਕਮਾਲ ਹੋ ਗਈ ਇਹਨੂੰ ਬਾਪੂ ਮਰੇ ਦਾ ਭੋਰਾ ਦੁੱਖ ਨਹੀਂ ਇਹਨੂੰ ਇੰਨਾ ਚਾਹ ਕਾਤੇ ਚੜਿਆ ਹੈ ਚਾਹ ਚੜੇ ਨਾ ਇਹਨੂੰ 5 million ਦਾ ਇੰਸ਼ੋਰੈਂਸ ਕਲੇਮ ਮਿਲਿਆ ਬਾਪੂ ਮਰੇ ਦਾ 5 million ਜੱਜੀ ਇਹਨੂੰ ਕਹਿੰਦੇ ਬਿਜ਼ਨਸ ਆਈਡੀਆ ਆਪਾਂ ਐਵੇਂ ਸਪੇਸ ਚੱਡੀਆਂ ਚੱਕੀ ਫਿਰਦੇ ਆ ਮੈਂ ਵੀ ਸੋਚਦਾ ਸੀ ਜੀ ਕਿ ਜੇ ਸਾਨੂੰ ਵੀ 5 million ਮਿਲ ਜਾਂਦਾ ਪਰ ਤੁਹਾਡੇ ਤਾਂ ਕੋਈ ਬਜ਼ੁਰਗ ਹੈ ਨਹੀਂ ਇੰਸ਼ੋਰੈਂਸ ਲਈ ਤੇ ਅਸੀਂ ਫਾਦਰ ਗੋਦ ਪਾਲਾਂਗੇ ਇਹ ਬਜ਼ੁਰਗ ਕੌਣ ਗੋਦ ਪਾਉਂਦਾ ਹੈ ਅਸੀਂ ਪਾਉਨੇ ਆ ਵੈਰੀ ਸੂਨ ਤੁਸੀਂ ਪਿਆ ਹੋਇਆ ਦੇਖੋ ਇਹਦਾ ਵੈਰਾਈਟੀ ਬਹੁਤ ਹੈ This one is better. ए बढ़िया माल ओ नहीं यार बेटर नहीं चाहिए था। ओ शॉर्टलिस्ट करो जिदी वैलिडिटी घट है। इकबाल जी बीपी हाई शुगर हाई नाले किडनी भी 70% फेल है। पापा जी दी किन्ने दिन दी सेवा साडे हाथी लिखी है? यही कुछ 20-25 दिन। जे पॉलिसी एक्टिव होण तो पहला बापू जी नु कुछ हो गया ता फिर कुछ भी नहीं मिलना। फिर कदों तक मिलेगी सानू पॉलिसी? यही कुछ 20-25 दिन लगा लो। ओए दुआई बिया। पादे मुंह च चमचा यार। तुसी पापा मार लेना मैं दसा। तू तो कहली सी 25 दिन दी वैलिडिटी आ। ए तां चाइनीज माल निकलया। ਆਉਂਦਾ ਹੀ ਖਰਾਬ ਹੋ ਗਿਆ ਜੀ ਤਾਂ ਰਿਕਵਰ ਹੋ ਰਹੇ ਆ ਉਹਨਾਂ ਦਾ LFT ਵੀ ਕਲੀਅਰ ਆ ਪਲੱਸ ਕਿਡਨੀ ਫੰਕਸ਼ਨ ਉਹ ਵੀ ਠੀਕ ਆ ਖਰਾਬ ਤਾਂ ਸੁੱਕੀ ਆ ਡੰਡਾ ਪੂਰਾ ਕਰ ਰਿਹਾ ਹੈ ਪੈਰਾਂ ਦਾ ਚੱਕਰ ਟਰਸਟ ਮੀ ਗੁੜ 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 ਤਾਂ ਕਿੰਨਾ ਸੀ ਦੀਵਾ ਬੁੱਝਣ ਵਾਲਾ ਇਸ ਤਾਂ ਤੇਲ ਹੀ ਬਾਕੀ ਬਹੁਤ ਬਚਿਆ ਇਹ ਤਾਂ ਭਾਂਬੜ ਬਣੀ ਜਾਂਦਾ ਬਾਲ ਜੀ ਤਾਂ ਕਹਿੰਦੇ ਮੈਂ ਤਾਂ ਮੈਰਾਥਨ 'ਚ ਪਾਰਟਿਸਿਪੇਟ ਕਰਨਾ ਹਾਂਜੀ ਕਰ ਸਕਦੇ ਨੇ ਉਹ ਤਾਂ ਚਾਹੇ ਹੁਣ ਘੋੜਿਆਂ ਨਾਲ ਦੌੜੀ ਜਾਣ ਸਾਥੋਂ ਸੇਵਾ ਹੀ ਇੰਨੀ ਹੈ ਆਈਡੀਆ ਸੋਲਿਡ ਸੀ ਹੁਣ ਜੇ ਬੁੜਾ ਨਹੀਂ ਮਰਿਆ ਤਾਂ ਧੱਕੇ ਨਾ ਮਾਰ ਦਈਏ ਹੁਣ ਜੇ ਬੁੜਾ ਨਹੀਂ ਮਰਿਆ ਤਾਂ ਧੱਕੇ ਨਾ ਮਾਰ ਦਈਏ ਗੁੱਡ ਆਈਡੀਆ ਓ ਬਾਬੇ ਭੰਗੜਾ ਪਾਉਂਦੇ ਨੇ ਓ ਬਾਬੇ ਭੰਗੜਾ ਪਾਉਂਦੇ ਨੇ ਓ ਬਾਬੇ ਇਸ ਵਾਰੀ ਡਰਾਮਾ ਥੋੜਾ ਵੱਡਾ ਕਰਨਾ ਪੈਣਾ ਓ ਬਾਬੇ ਭੰਗੜਾ ਪਾਉਂਦੇ ਨੇ ਓ ਬਾਬੇ ਭੰਗੜਾ ਪਾਉਂਦੇ ਨੇ ਦੁਨੀਆ ਚਾਰ ਦਿਲ ਦਾ ਮੇਲਾ ਏ ਇਹ ਤੁਹਾਡਾ ਮੈਨੂੰ ਫਿਰ ਚੌਥਾ ਦਿਨ ਹੀ ਲੱਗ ਰਿਹਾ ਪਾਪਾ ਜੀ ਓ ਬਾਬੇ ਭੰਗੜਾ ਪਾਉਂਦੇ ਨੇ ਓ ਬਾਬੇ ਬੱਲੜ ਬੱਲੜ ਬਾਵੇ ਦਾ ਬਾਬਾ ਭੰਗੜਾ ਦਸਹਿਰੇ ਤੇ ਪਾਵੇਗਾ ਵੈਲਕਮ ਬੈਕ ਟੂ ਮਾਈ ਚੈਨਲ ਉਮੀਦ ਆ ਕਿ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪੰਜਾਬੀ ਐਕਟਰ ਐਂਡ ਸਿੰਗਰ ਦਿਲਜੀਤ ਦੁਸਾਂਝ ਇੱਕ ਤੋਂ ਬਾਅਦ ਇੱਕ ਫਿਲਮ ਨੂੰ ਰਿਲੀਜ਼ ਕਰਨ ਨੂੰ ਲੱਗੇ ਹੋਏ ਨੇ ਹਾਲ ਹੀ ਦੇ ਵਿੱਚ 16 ਸਤੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਈ ਜੋਗੀ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਮੁਬਾਰਕਾਂ ਅਤੇ ਫਿਲਮ ਨੂੰ ਸਰਾਇਆ ਗਿਆ ਵਾ ਅਤੇ ਇਸ ਤੋਂ ਬਾਅਦ ਦਿਲਜੀਤ ਨੇ ਆਪਣੀ ਨਵੀਂ ਫਿਲਮ ਬਾਬੇ ਭੰਗੜਾ ਪਾਉਂਦੇ ਨੇ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ ਬਾਬੇ ਭੰਗੜਾ ਪਾਉਂਦੇ ਨੇ ਟ੍ਰੇਲਰ ਇੰਨਾ ਮਜ਼ੇਦਾਰ ਹੈ ਕਿ ਲੱਗਦਾ ਹੈ ਕਿ ਪੂਰੀ ਫਿਲਮ ਕਾਮੇਡੀ ਦੇ ਨਾਲ ਭਰੀ ਹੋਣ ਵਾਲੀ ਹੈ ਜਿਸ ਨੂੰ ਵੇਖ ਕੇ ਆਈ ਐਮ ਸ਼ੋਰ ਤੁਸੀਂ ਹੱਸ ਹੱਸ ਕੇ ਪਾਗਲ ਹੋ ਜਾਣਾ ਹੈ ਕਿਉਂਕਿ ਆਪਣੇ ਕਾਮੇਡੀ ਟੈਲੈਂਟ ਲਈ ਦਿਲਜੀਤ ਪਹਿਲੇ ਹੀ ਬੜੇ ਮਸ਼ਹੂਰ ਨੇ ਅਤੇ ਇਸ ਵਾਰੀ ਫਿਰ ਉਹਨਾਂ ਨੇ ਆਪਣੇ ਨਵੇਂ ਸਬਜੈਕਟ ਦੇ ਨਾਲ ਆਪਣੇ ਫੈਨ ਨੂੰ ਜੋਕ ਵਾਸਤੇ ਫਿਲਮ ਦੇਣ ਦਾ ਮਨ ਬਣਾ ਲਿਆ ਹੋਇਆ ਹੈ ਕਿਉਂਕਿ ਟ੍ਰੇਲਰ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਕਿ ਦਿਲਜੀਤ ਆਪਣੇ ਫਰੈਂਡ ਦੇ ਨਾਲ ਮਿਲ ਕੇ ਕੋਈ ਨਵਾਂ ਬਿਜ਼ਨਸ ਖੋਲ੍ਹ ਕੇ ਅਮੀਰ ਬਣਨਾ ਚਾਹੁੰਦਾ ਹੈ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਬਜ਼ੁਰਗ ਦੀ ਮੌਤ ਤੋਂ ਬਾਅਦ ਇੰਸ਼ੋਰੈਂਸ ਦੇ ਵਿੱਚ 5 million ਮਿਲਦੇ ਨੇ ਫਿਰ ਉਹ ਕਿਸੇ ਬਜ਼ੁਰਗ ਨੂੰ ਗੋਦ ਲੈਣ ਲਈ ਯਤਨ ਕਰਨ ਲੱਗ ਪੈਂਦੇ ਨੇ ਅਤੇ ਉਹਨਾਂ ਨੂੰ ਬਜ਼ੁਰਗ ਵੀ ਐਸਾ ਲੱਭਦਾ ਹੈ ਜਿਹੜਾ ਇਹਨਾਂ ਤੋਂ ਵੀ ਚਾਹ ਰਿਹਾ ਥਾ ਅੱਗੇ ਦਾ ਐਕਟਰ ਹੈ ਹੁਣ ਦਿਲਜੀਤ ਅਤੇ ਉਸਦੇ ਫਰੈਂਡ ਬਜ਼ੁਰਗ ਦੇ ਨਾਲ ਕੀ ਕਰਦੇ ਨੇ ਅਤੇ ਬਜ਼ੁਰਗ ਇਹਨਾਂ ਨੂੰ ਅੱਗੋਂ ਕਿਵੇਂ ਮਿਲਦਾ ਹੈ ਇਹ ਤਾਂ ਤੁਹਾਨੂੰ ਫਿਲਮ ਵੇਖਣ ਤੋਂ ਬਾਅਦ ਹੀ ਪਤਾ ਲੱਗੂ ਬਾਬੇ ਭੰਗੜਾ ਪਾਉਂਦੇ ਨੇ ਕਾਫੀ ਮਜ਼ੇਦਾਰ ਅਤੇ ਕਾਮੇਡੀ ਫਿਲਮ ਹੋਣ ਵਾਲੀ ਹੈ ਇਸ ਫਿਲਮ ਦੀ ਕਾਸਟ ਦੇ ਵਿੱਚ ਸੁਹੇਲ ਅਹਿਮਦ ਸਰਗੁਣ ਮਹਿਤਾ ਦਿਲਜੀਤ ਦੁਸਾਨ ਅਤੇ ਹੋਰ ਵੀ ਬਹੁਤ ਸਾਰੇ ਸਟਾਰ ਤੁਹਾਨੂੰ ਹਸਾਉਣ ਵਾਸਤੇ ਆ ਰਹੇ ਨੇ ਫਿਲਮ ਨੂੰ ਡਾਇਰੈਕਟ ਕਰਨ ਵਾਲੇ ਨੇ ਅਮਰਜੀਤ ਸਿੰਘ ਅਤੇ ਉੱਥੇ ਹੀ ਦਿਲਜੀਤ ਦੁਸਾਨ ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਦੁਨੀਆ ਭਰ ਦੇ ਵਿੱਚ ਇਹ ਫਿਲਮ ਤੁਹਾਨੂੰ ਵੇਖਣ ਨੂੰ ਮਿਲੇਗੀ 5 October 2022 ਨੂੰ ਕਿਉਂਕਿ 5 October ਨੂੰ ਫਿਲਮ ਥੀਏਟਰ ਦੇ ਵਿੱਚ ਅੰਨੀ ਪਾਉਣ ਜਾ ਰਹੀ ਹੈ ਹੁਣ ਤੁਹਾਨੂੰ ਬਜ਼ੁਰਗ ਅਤੇ ਉਹਨੂੰ ਗੋਦ ਲੈਣ ਵਾਲੇ ਕਿਵੇਂ ਦੇ ਲੱਗੇ ਨੇ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਵੀਡੀਓ ਪਸੰਦ ਆਵੇ ਤਾਂ ਪਲੀਜ਼ ਲਾਈਕ ਅਤੇ ਸ਼ੇਅਰ ਕਰਿਓ ਅਤੇ ਇਸੇ ਤਰ੍ਹਾਂ ਦੀ ਲੇਟੈਸਟ ਅਪਡੇਟ ਦੇ ਬਾਰੇ ਜਾਣਨ ਲਈ ਸਾਡੇ ਚੈਨਲ ਨੂੰ ਸਪੋਰਟ ਕਰੋ ਬੱਲੜ ਬੱਲੜ ਬਾਵੇ ਦਾ ਬਾਬਾ ਭੰਗੜਾ ਦਸਹਿਰੇ ਤੇ ਪਾਵੇਗਾ